ਅੱਜ ਕਸਬਾ ਦੋਦਾ ਦੇ ਤਪੱਸਵੀ ਡੇਰਾ ਬਾਬਾ ਧਿਆਨ ਦਾਸ ਜੀ ਵਿਖੇ ਡੇਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਧਿਆਨ ਦਾਸ ਜੀ ਦਾ ਮੋਸ਼ਾ ਮਨਾਇਆ ਗਿਆ, ਜਿਸ ਵਿੱਚ ਨਗਰ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ। ਇਸ ਮੌਕੇ ਆਈ ਸਾਧ ਸੰਗਤ ਨੂੰ ਜੀ ਆਇਆ ਕਹਿੰਦਿਆਂ ਸਮੂਹ ਕਮੇਟੀ ਮੈਂਬਰਾਂ ਵੱਲੋਂ ਬਾਬਾ ਜੀ ਦੇ ਦੱਸੇ ਉਪਦੇਸ਼ਾਂ 'ਤੇ ਚੱਲਣ ਦੀ ਅਪੀਲ ਕੀਤੀ ਅਤੇ ਆਈ ਹੋਈ ਸੰਗਤ ਨੂੰ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ। ਬਿਊਰੋ ਰਿਪੋਰਟ, ਖਿਦਰਾਣਾ ਨਿਊਜ਼। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਦਿਨ ਹੈ ਬਹੁਤ ਹੀ ਇਤਿਹਾਸਿਕ ਦਿਨ ਆ ਪਿੰਡ ਦੂਦੇ ਨਗਰ ਵਾਸਤੇ। ਅੱਜ 12 ਜੇਠ ਦਿਨ ਐਤਵਾਰ ਧੰਨ ਧੰਨ ਬਾਬਾ ਧਿਆਨ ਦਾਸ ਮਹਾਰਾਜ ਜੀ ਦਾ ਜੋ ਵਰਸੀ ਮੋਸ਼ਾ ਮਨਾਇਆ ਜਾਂਦਾ ਜੀ, ਜਿਸ ਵਿੱਚ ਕਮੇਟੀ ਆਇਆਂ ਨੂੰ ਕਾਫੀ 20 ਸਾਲ ਹੋ ਗਏ ਜੀ ਮਨਾਉਂਦਿਆਂ ਨੂੰ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ ਦੂਰੋਂ ਨੇਰੋਂ ਚੱਲ ਕੇ। ਅੱਜ 25,000 ਦੇ ਤਕਰੀਬਨ ਇਕੱਠ ਹੋ ਚੁੱਕਾ ਜੀ। ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੱਧ ਬਾਬਾ ਧਿਆਨ ਦਾਸ ਜੀ ਦਾ ਡੇਰਾ ਸਾਡੇ ਪਿੰਡ ਦੋਦੇ, ਸਾਰੇ ਪਿੰਡ ਦਾ ਪੂਰਾ ਯਕੀਨ ਹੈ ਡੇਰੇ ਬਾਬੇ ਧਿਆਨ ਦਾਸ 'ਤੇ, ਆਸੇ ਪਾਸੇ ਪਿੰਡਾਂ ਦਾ ਯਕੀਨ ਹੈ। ਸਾਡੇ ਪਿੰਡ 'ਚ ਬਹੁਤ ਵਧੀਆ ਬਾਬਾ ਧਿਆਨ ਦਾਸ ਜੀ ਦਾ ਮੋਛਾ ਬਣਾਇਆ ਗਿਆ। ਇੱਥੇ ਮੇਲਾ ਬਹੁਤ ਵਧੀਆ ਲੱਗਿਆ, ਇੱਥੇ ਬਾਜ਼ਾਰ ਭਰਿਆ ਫੁੱਲ। ਬਾਬੇ ਧਿਆਨ ਦਾਸ ਜੀ ਦਾ ਹਜੇ ਟਾਈਮ ਮੇਰੇ ਹਿਸਾਬ ਨਾਲ 3 ਦੇ ਲਗਭਗ ਹੋ ਗਿਆ, ਹਜੇ ਤਾਂ ਇਕੱਠ ਪੂਰਾ ਬਾਬੇ ਧਿਆਨ ਜੀ ਤੜਕੇ ਉਹ ਲੈ ਗਏ, 5 ਵਜੇ ਤੋਂ ਲੈ ਗਏ ਸ਼ਾਮ ਤਾਈਂ ਪੂਰਾ ਇਕੱਠ ਹੈ। ਸਾਰੇ ਪਿੰਡਾਂ ਦੇ ਆਸੇ ਪਾਸੇ ਦੇ ਬੰਦੇ ਆਏ ਹੈ, ਪੂਰੀ ਸ਼ਰਧਾ ਇੱਥੇ ਬਾਬੇ ਧਿਆਨ ਦਾਸ ਜੀ, ਪੂਰੀ ਸ਼ਕਤੀ ਵਾਲੀ ਜਗ੍ਹਾ, ਸਾਰੇ ਆਸੇ ਪਾਸੇ ਪਿੰਡਾਂ ਵਾਲੀ ਮੰਨਦੇ ਬਾਬੇ ਧਿਆਨ ਦਾਸ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।